ਵਾਲੀਆਂ ਚੇਅਰਸ ਤੇ ਹੋ ਜਾਓ। ਮੈਜੀਸ਼ੀਅਨਸ ਰੈਡੀ। ਸੋ ਪ੍ਰਬੰਧਕਾਂ ਨੂੰ ਅਪੀਲ ਹੈ ਕਿ ਉਹ ਪਲੀਜ਼ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਕਿ ਇਸ ਸੰਸਥਾ ਇਸ ਸਾਹਿਤ ਦੇ ਬਾਬੇ ਬੋਹੜ ਜਿੰਨੇ ਇੱਥੇ ਆਏ ਆ ਸਾਰਿਆਂ ਦੇ ਆਸ਼ੀਰਵਾਦ ਦਾ ਮੈਨੂੰ ਮੌਕਾ ਮਿਲਿਆ ਔਰ ਸਾਰਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਹੀ ਸਤਿਕਾਰਯੋਗ ਕੁਲਦੀਪ ਧਾਲੀਵਾਲ ਜੀ ਜਿਨ੍ਹਾਂ ਦੇ ਸਦਕਾ ਅੱਜ ਆਪ ਸਭ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਮੇਰਾ ਆਪਣਾ ਇਲਾਕਾ ਮਾਝੇ ਦਾ ਇਲਾਕਾ ਬਹੁਤ ਹੀ ਰਿਸਪੈਕਟਡ ਹਸਤੀਆਂ ਬਾਬਾ ਜੀ ਪਾਤਰ ਸਾਹਿਬ ਜੀ ਗੁਰਭਜਨ ਗਿੱਲ ਜੀ ਡਾਕਟਰ ਜੋਗਾ ਸਿੰਘ ਜੀ ਸਾਡੇ ਰਵਿੰਦਰ ਸ਼ਰਮਾ ਜੀ ਭੁਪਿੰਦਰ ਗਿੱਲ ਜੀ ਔਰ ਬਹੁਤ ਹੀ ਰਿਸਪੈਕਟ ਸਾਡੇ ਹਾਸ਼ਮ ਬੁਖਾਰੀ ਸਾਹਿਬ ਸਾਡੇ ਉੱਧਰਲੇ ਪੰਜਾਬ ਤੋਂ ਸਾਡੇ ਆਪਣੇ ਪੰਜਾਬ ਤੋਂ ਕੇਵਲ ਧਾਲੀਵਾਲ ਸਾਹਿਬ ਰਿਸਪੈਕਟ ਕਰਦਾ ਸਾਰਿਆਂ ਦੀ। ਮੈਂ ਬਹੁਤ ਛੋਟਾ ਉਮਰ 'ਚ ਵੀ ਔਰ ਰੁਤਬਾ ਤਾਂ ਦੇ ਕੁਛ ਵੀ ਨਹੀਂ ਪਰ ਇਹਨਾਂ ਸਾਹਮਣੇ ਗਾਉਣ ਦੀ ਬਹੁਤ ਕੁਛ ਸਿੱਖਣ ਨੂੰ ਮਿਲਦਾ। ਜ਼ਿਆਦੀਆਂ ਗੱਲਾਂ ਨਾ ਕਰਦੇ ਹੋਏ ਮੈਂ ਪਹਿਲੋਂ ਬੇਨਤੀ ਕਰਦਾ ਮੈਨੂੰ ਜਿਹੜੇ ਸੁਣਨ ਆਏ ਆ ਪੱਗਾਂ ਵਾਲੇ ਸਾਰੇ ਮੇਰੇ ਵੀਰ ਸਾਰਿਆਂ ਦਾ ਦਿਲੋਂ ਧੰਨਵਾਦ। ਅੱਜ ਜੀਣ ਵਾਲਾ ਗਾਣਾ ਅਤੇ ਦੂਜੇ ਤੀਜੇ ਗਾਣੇ ਤੁਹਾਨੂੰ ਨਹੀਂ ਸੁਣਾਏ ਜਾਣੇ, ਮੈਂ ਕਿਤੇ ਫਿਰ ਸੁਣਾਊਂਗਾ ਕਿਉਂਕਿ ਨਿਰਾਸ਼ ਨਾ ਹੋਇਓ। ਅੱਜ ਸੁਣਨ ਵਾਲੇ ਮੈਨੂੰ ਸਪੈਸ਼ਲ ਜਾਂ ਸਮਝ ਲਓ ਕਿ ਮੈਨੂੰ ਇੱਕ ਦਾਬਾ ਮਾਰਿਆ ਗਿਆ ਕਿ ਤੂੰ ਗਾਉਣਾ ਹੈ, ਮੈਂ ਤੁਹਾਨੂੰ ਸੁਣਾ ਕੇ ਜਾਊਂਗਾ। ਸ਼ੁਰੂ ਕਰਦੇ ਹਾਂ ਉਹਨਾਂ ਬਾਬਿਆਂ ਤੋਂ ਮੇਰਾ ਵੱਡਾ ਭਰਾ ਚਰਨ ਲਖਾਰੀ ਜਿਹਦੀ ਕਲਮ ਸਦਕਾ ਜਿਹਦੇ ਗੀਤ ਸਦਕਾ ਮੈਂ ਆਪ ਸਭ ਦੇ ਰੂਬਰੂ ਅੱਜ ਬਾਵਾ ਬਣਿਆ, ਮਿੱਟੀ ਦਾ ਬਾਵਾ ਬਣਿਆ। ਭਰਾ ਨੂੰ ਦਿਲੋਂ ਰਿਸਪੈਕਟ। ਆਉਣ ਵਾਲੀ ਐਲਬਮ ਦਾ ਗਾਣਾ ਲਾਹੌਰ ਉਹ ਵੀ ਸੁਣਾ ਕੇ ਜਾਊਂਗਾ। ਔਰ ਬਹੁਤ ਹੀ ਬਾਕਮਾਲ ਫਨਕਾਰ ਸੁਰ ਦੇ ਮਾਲਕ ਜਨਾਬ ਸਾਬਰ ਕੋਟੀ ਸਾਹਿਬ ਉਹ ਵੀ ਗਾ ਕੇ ਗਏ ਨੇ, ਬਹੁਤ ਬਹੁਤ ਥੈਂਕਸ। ਮੇਰਾ ਅਸਲ 'ਚ ਸਮਾਂ ਕੱਲ੍ਹ ਨੂੰ ਸੀਗਾ ਪਰ ਮੈਂ ਇਹਨਾਂ ਤੋਂ ਮੰਗ ਕੇ ਅੱਜ ਸਮਾਂ ਲਿਆ। ਮੈਂ ਸ਼ੁਕਰਗੁਜ਼ਾਰ ਹਾਂ ਜੀ ਤੁਹਾਡਾ, ਤੁਸੀਂ ਮੇਰੀ ਬੇਨਤੀ ਨੂੰ ਕਬੂਲਿਆ ਕਿਉਂਕਿ ਕੱਲ੍ਹ ਨੂੰ ਸਾਡੇ ਦੋ ਪ੍ਰੋਗਰਾਮ, ਸੋ ਮੈਂ ਸੋਚਿਆ ਕਿ ਦੋ ਬੇੜੀਆਂ ਜਿਹੜੇ ਪਹਿਲਾਂ ਹੀ ਪੈਰ। ਉਸ ਤੋਂ ਭਲੇ ਹਾਰੇ ਜਾਮ ਵਾਜਵਾ ਬੁਲੰਦ ਆਵਾਜ਼ ਤੇਰਾ ਜਿਸ ਕਲਬੂਤ ਬਣਾਇਆ ਹੇ ਪੰਜ ਤੱਤ ਇਕੱਠੇ ਕਰਕੇ ਜਿਹਨੇ ਰੂਹ ਵਿੱਚ ਆਪ ਬਾਈ ਇਹ ਧੂੰਆਂ ਜਿਹਾ ਰਹਿਣ ਦੇ ਯਾਰ, ਪਹਿਲੋਂ ਹੀ ਨਹੀਂ ਠੀਕ, ਇਹਨੇ ਪਤੰਦਰ ਨੇ ਹੋਰ ਬਿਮਾਰ ਕਰ ਦੇਣਾ, ਬੰਦ ਹੀ ਕਰਦੇ, ਇੱਥੇ ਕਿਹੜਾ ਸਰਕਸ ਲੱਗੀ। ਕਿਸੇ ਚੀਜ਼ ਦੀ ਕਸਰ ਨਾ ਛੱਡੀ ਉਹਨੇ ਹਰ ਰੰਗ ਐਸਾ ਲਾਇਆ ਤੇ ਕਾਦਰ ਦੀ ਕੁਦਰਤ ਦਾ ਯਮਲਾ ਇਹ ਜੱਟਾ ਭੇਦ ਕਿਸੇ ਨਹੀਂ। ਕਿਆ ਬਾਤ ਹੈ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੈਂ ਨਾਮ ਨਹੀਂ ਜਾਣਦਾ ਪਰ ਤੁਸੀਂ ਬਹੁਤ, ਮੈਂ ਮਾਫੀ ਚਾਹੁੰਦਾ। ਹਾਂਜੀ ਨਾਵਾਂ ਚ ਕੀ ਰੱਖਿਆ? ਨਹੀਂ ਜੀ, ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਮੈਂ ਬੱਚਾ, ਅਜੇ ਮੈਨੂੰ ਸਾਲ ਕੁ ਹੋਇਆ ਇਸ ਇੰਡਸਟਰੀ ਚ ਆਏ ਨੂੰ, ਮੈਂ ਹੌਲੀ ਹੌਲੀ ਬਹੁਤ ਕੁਛ ਸਿੱਖਣਾ। ਸੋ ਕਹਿੰਦੇ ਇਹਨਾਂ ਸਾਰੀਆਂ ਧਰਤੀਆਂ ਦੇ ਉੱਤੇ ਇਹਨਾਂ ਮਿੱਟੀਆਂ ਦੇ ਉੱਤੇ ਇਹ ਜੁਗੜੀਆਂ ਵਸਦੀਆਂ ਨੇ, ਕਿਤੇ ਵਾਰਿਸ ਵਸਦੇ ਨੇ, ਕਿਤੇ ਹਾਸ਼ਮ ਵਸਦੇ ਨੇ, ਕਿਤੇ ਬਾਵੇ ਵਸਦੇ ਨੇ। ਹਾਏ ਮਿਹਰਬਾਨੀ ਜੀ, ਮਿਹਰਬਾਨੀ। ਸੋ ਕਹਿੰਦੇ ਇੱਕ ਜੁਗਨੀ ਮੇਰੇ ਆਸੇ ਪਾਸੇ, ਇੱਕ ਜੁਗਨੀ ਮੇਰੇ ਅੰਦਰ, ਇਸ ਜੁਗੜੀ ਨੂੰ ਮਾਨਣ ਵਾਲੇ ਰਹਿੰਦੇ ਮਸਤ ਕਲੰਦਰ, ਇੱਕ ਜੁਗਣੀ ਮੇਰੇ ਸਾਈਂ ਦੇ ਦਰ ਬੈਠੀ ਝਾੜੂ ਦਿੰਦੀ, ਇੱਕ ਜੁਗਣੀ ਬਸ ਵਹਿੰਦੀ ਰਹਿੰਦੀ ਮੂੰਹੋਂ ਕੁਝ ਨਾ ਕਹਿੰਦੀ। ਸੋ ਜ਼ੋਰਦਾਰ ਤਾੜੀਆਂ ਬਾਬਾ ਜੀ ਦੇ ਲਈ। ਅੱਬਾ ਕਹਿੰਦਾ ਸੀ ਕਿ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ। ਕਿਆ ਬਾਤ ਹੈ, ਆਵੇ ਜੋ ਅਲੜ ਪੁਣਿਆਂ ਵਿੱਚ ਲਾਈਆਂ ਤੋੜਨ ਬਾਵੀਂ ਵੇ। ਮੇਰੀਆਂ ਮਤਾਵਾਂ ਆਈਆਂ ਪਹਿਲਾਂ ਤਾਂ ਤੁਹਾਡੇ ਆਉਣ ਤੇ, ਤੁਹਾਡੇ ਇੱਕ ਇੱਕ ਕਦਮ ਨੂੰ ਚਰਨਾਂ 'ਚ ਸਿਰ ਰੱਖਦਾ ਤੁਹਾਡੇ, ਤੁਸੀਂ ਆਈਆਂ ਕੰਮ ਛੱਡ ਕੇ ਭੈਣਾਂ ਮੇਰੀਆਂ, ਬਹੁਤ ਬਹੁਤ ਥੈਂਕਸ। ਤੁਸੀਂ ਜਿੰਨੇ ਵੀ ਆਏ ਕਰੀ ਆਪਣੇ ਨਾਂ ਦੀ ਤਾੜੀ ਲਾ। ਬਾਬਾ ਹਾਸ਼ਮ ਸ਼ਾਹ, ਹਾਸ਼ਮ ਸ਼ਾਹ ਜੀ, ਮੈਂ ਬੈਠਾ ਇਹ ਸੋਚ ਰਿਹਾ ਸੀ ਕਿ ਅਸੀਂ ਬਹੁਤ ਇਸ ਗੱਲੋਂ ਬਹੁਤ ਮੈਂ ਆਪਣੇ ਆਪ ਨੂੰ ਕਮਜ਼ੋਰ ਸਮਝ ਰਿਹਾ ਸੀ ਕਿ ਮੈਂ ਕੋਈ ਨਾ ਕੁਛ ਲੈ ਕੇ ਆਉਂਦਾ, ਪਰ ਬਹੁਤ ਸ਼ੋਰਟ ਬਹੁਤ ਥੋੜ੍ਹੇ ਸਮੇਂ 'ਚ ਇਸ ਕੋ ਆਇਆ। ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਸਾਲਾਂ 'ਚ ਇਸ ਸੰਸਥਾ ਦੇ ਬੱਚੇ ਬਣ ਕੇ ਰਹੀਏ। ਬਾਬਾ ਕਹਿੰਦਾ ਸੀ
के तेरा कद सरों दा बूटा वेख वेख के जीवा जवानी मेरी रंगली तो उड़ी जावे नूर वे जावे नूर वे अचना तेरे प्यार मैनू कीता मजबूर वे जवानी मेरी जवानी मेरी पुछदा ना कोई इत्थे काजल कमले नू मैं कित्थों लोको लब लिया मां यमले नू लिया मां यमले नू के दिल नी मेरा लगदा ओदी तार बिना आ चरखा रोंदा वेख्या मैं मुटियार बिना क्या बात है बाबा कहंदा सी के तेरे नी करारा मैनू दस मैं की प्यार विचों खटिया है तेरे नी करारा मैनू बटिया तेरे नी करारा मैनू बटिया बहुत अहम सच पहुंच चुके ने सो बहुत बहुत जी आया सारे प्लीज अपनी अपनी सीट के नाल ही बहते जाओ थैंक यू सो मच वेलकम जी बाबा जी जावा कर यार दे हटाई ना रवा तेरे पिछों सज्जन बना लिया नवा तिड़िया फिरे मार के लफेड़ा नार दे आहो के वेख सामने कुकर यार दे सामने कुकर यार दे
ओबे मैं होई वीरो तां लवा दूं खूनिया ओ पट दूं जवंदड़े कता दूं पूनिया जवंदड़े कता दूं ओए जान देने आया ना छड़ावे भाई नूं आके हो के वेख छेड़ के जवाई नूं मैं रात दिन भोग के पराइयां तीवियां क्या बात है जी सूरमा सदा में हुण पाइयां नीवियां है मोटे नाल लावे चक के मशीन नूं ओ दब के सटड परे मैगजीन ओ सुचा सौने आउंदी बदकार तक लई कंधे उत्ते रखी होई रफल चक लई के दियोर पर जाई रह गए कल्ले मित्रो आओ सरड़ सरड़ गोली चले मित्रो सरड़ गोली चले के जट दी अकल बेच के फसल ते लै ली रफल कर गया कतल जीआं नूं पंगा मेरा भी चरण लखारी मेरे नाल आया बहुत वधिया ये गाना कली कली गल सुनने वाली है जरा गौर करियो के जट दी अकल बेच के फसल ते लै ली रफल कर गया कतल जीआं नूं पंगा मैनू तालीवाल साहब कहिंदे कि लच्चर नहीं गाउणा मैं तां पहलों ही लच्चर नहीं गाउंदा बाबे मेरे तां गाने ही सारे कुछ सबक होंदे इक्को गाना गाया सी जिन्ने दी तेरी जीन कुड़िए वह भी कोई उच्च लच्चर गल नहीं सी क्योंकि मसा मैं अगे गल मैं थोड़ी गल नूं टोकदा जी बहुत सारे कलाकार कहिंदे कि मां बोली की सेवा कर रहे हैं क्योंकि मसा मसा इत्थों छुटकारा मिलिया हाँ जी मैं उही गल कर लगा कि करम वाले ओ मां बोली थोड़ी सेवा कर रही है मां बोली सानूं प्रोग्राम देई जांदी है फिर कहिंदे मां बोली की सेवा कर रहे हैं क्या जट दी अकल वेच के फसल ते लै ली रफल कर गया कतल जीआं नूं पंगा पुलिस दा दखल पछाणी शकल ते रह गई चप्पल गवाही असल दे गया के सिर दी सट ते हिलिया लक सुंगड़ के पट ते टुटी लक ना रवे धियां दी चुप ते खुली गुत ते अमली पोतो इनू दी कुख हरी ना नंद सी बड़ी पंज ना पड़ी किसे ना खड़ी ते रह गई छड़ी ओए उम्र पुरानी चुल्ले ते घड़ी तेरे जरे ज सड़ी भाबो ना फड़ी पलंग ते चढ़ी शहर दी शानी के माड़े दी छत चोंदी ए झट बई लपो लप किरलियां सब वेचने रहिंदे बह गया मीं बह गई नी मर गया सी जिवें घर की लोक ने कहिंदे के शादी लुट पुलिस दी कुट ते खचरी मोछो मीणा जुट बुरे ने बाड़े क्या बात है लागी दी तोर ते पक्का चोर कलहरी मोर कोई ना होर पैरां तो काले के मुल्क ता किने वंडना सी पंजाब ही वंड होया ए पत्ती पत्ती करता लाल गुलाब ही वंड होया ओए गुजरां वाला कुल्लू अते हिसार पंजाबी सी महाराजा रणजीत सिंह सरदार पंजाबी सी क्या बात है मेरा वीर चरण बैठा मैं गल करदा सी कि साड़ी कौम ने ऐसा बेड़ा गर्क कीता पहलों दा जिहड़ा हजे तक नहीं सजिया उहदे ते गाना लिखिया सी चरण ने एक के सोमनाथ दा मंदिर जे किते गजनी लुटदा ना ओ डोगरियां दी शह ते लौड जे हीरा कुटदा ना लाहौर ते अखां हुंदियां ना जे आंढ गुआंढ दियां क्या बात है आ साडे गोरे पौंदे पठे मेमा भांडे मांजदे मेमा भांडे मांजदे चरण मेरा भी स्टेज ते आ जा मेरा भाई एक कर जोरदार ताड़ी भाई जोरदार ताड़ी जोरदार जिन्नी जोर ते वजे मेरे लिए चार ताड़ियां घट मार दियो ताड़ियां इदां मार जे लोधी तलवार मुठ चों करदा ढिल्ली ना जे मुगलां विचों बाबरे आके वड़दा दिल्ली ना ना पिंडे साडे उत्ते लाशां पैंदियां डांग दियां आ साडे गोरे पौंदे पठे मेमा भांडे मांजदे ओए मूला सिंह जे ना खोलदे भेद है साडे नूं
ਬਈ ਕਦੇ ਫਰੰਗੀ ਫੜ ਦੇਣਾ ਕਰਤਾਰ ਸਰਾਬੇ ਨੂੰ ਓਏ ਚਰਨ ਲਖਾਰੀ ਕੁੜੀਆਂ ਸਿਰ ਤੇ ਚੁੰਨੀ ਸਾਂਭਦੀਆਂ ਆ ਸਾਡੇ ਗੋਰੇ ਪਾਉਂਦੇ ਪੱਠੇ ਇੱਕ ਪੰਜਾਬੀ ਕਲਾਕਾਰੀ ਅੱਜ ਤੋਂ 5-7 ਵਰੇ ਪਹਿਲੋਂ ਐਸਾ ਹੜ ਆਇਆ ਬਾਬੇ ਧਾਲੀਵਾਲ ਸਾਹਿਬ ਇੱਕੋ ਸੋਫੇ ਤੇ ਦੋ ਧਾਲੀਵਾਲ ਇਕੱਠੇ ਹੋ ਗਏ ਦੋਵੇਂ ਬਾਬੇ ਐਸਾ ਹੜ ਆਇਆ ਪੰਜਾਬੀ ਗਾਇਕੀ ਦਾ ਜਿਹੜੇ ਮੇਰੇ ਵਰਗੇ ਨੂੰ ਸ਼ਟਰ ਵਾਲੀਆਂ ਦੋ ਦੁਕਾਨਾਂ ਆਉਂਦੀਆਂ ਸੀ ਵੇਚ ਕੇ ਕੈਸਟ ਕਰਾਤੀ ਉਹਦੇ ਤੇ ਇੱਕ ਛੰਦ ਸੀ ਪਹਿਲੋਂ ਛੰਦ ਸੁਣਾਉਣਾ ਫਿਰ ਤੁਹਾਨੂੰ ਸਮਝ ਆ ਗਈ ਬਹਿ ਜਾਓ ਕੋਈ ਨੀ ਬਾਬਾ ਮਸਤੀ ਜਾਂ ਕੋਈ ਚੱਕਰ ਕਿਆ ਕੁੜੀਏ ਮੀਣੀ ਸੱਪਾਂ ਵਿੱਚ ਸੀਨੀ ਪਿਆਲੇ ਪੀਣੀ ਬਠਿੰਡਾ ਰੀਣੀ ਥਰਕਣੀ ਰੂਦਾ ਬੰਦਾ ਸੀ ਠੇਠ ਸੜਕ ਤੇ ਖੇਤ ਸਾਰੇ ਹੀ ਵੇਚ ਕਰਾ ਲਈ ਟੇਪ ਮਿਲੀ ਨਾ ਪੂਜਾ ਕਿਆ ਬਾਤ ਹੈ ਰਹਿਣ ਦੋ ਬਾਈ ਨਾ ਧੱਕੇ ਨਾ ਮਾਰੋ ਬਾਈ ਧੱਕੇ ਨਾ ਕੋਈ ਚੱਕਰ ਆਰਾਮ ਨਾ ਕਰ ਦੋ ਬਾ ਜੇ ਸਾਡੇ ਗੋਰੇ ਪਾਉਂਦੇ ਪੱਠੇ ਮੈਂ ਮਾਂ ਭਾਂਡੇ ਮਾਂਜਦੀਆਂ ਚਾਲੀਆਂ ਮਿੰਟਾਂ 'ਚ ਤੁਹਾਨੂੰ ਗਾਣੇ ਸੁਣਾਉਣੇ ਆ ਉਸ ਤੋਂ ਬਾਅਦ ਸਾਡੇ ਪਾਕਿਸਤਾਨ ਤੋਂ ਬਹੁਤ ਸਾਰਾ ਸਾਡੇ ਭਰਾ ਆਏ ਆ ਗਾਣਾ ਸੀਗਾ ਮੈਂ ਹੁਣ ਕਨੇਡਾ ਜਾ ਕੇ ਆਇਆ ਇੱਕ ਬਾਬਾ ਮੈਨੂੰ ਮਿਲਿਆ ਮੈਨੂੰ ਕਹਿੰਦਾ ਪੁੱਤ ਤੂੰ ਉਸ ਦੇਸ਼ ਪੰਜਾਬ ਤੋਂ ਆ ਜਿੱਥੇ 5 ਦਰਿਆ ਵਗਦੇ ਆ ਮੈਂ ਕਿਹਾ ਬਾਬਾ 5 ਤਾਂ ਮੈਂ ਵੇਖੇ ਨਹੀਂ 2.5 ਵਗਦੇ ਸੀ ਉਹ ਵੀ ਰੇਤਾ ਕੱਢ ਕੱਢ ਨਹਿਰਾਂ ਕਰਤੀਆਂ ਮੈਂ ਕਿਹਾ ਬਾਬਾ ਇੱਕ 6ਵਾਂ ਦਰਿਆ ਵਗਦਾ ਜਿਹੜਾ ਗਲੀ ਗਲੀ ਘਰ ਘਰ ਕਾਲਜ ਜੇ ਮੈਂ ਕਿਹਾ ਨਾ ਰੁਕਿਆ ਤਾਂ ਸੁਨਾਮੀ ਹੋਊ ਆਂਦਾ ਕਿਹੜਾ ਦਰਿਆ ਉੱਤੇ ਗਾਣਾ ਜੇ ਜਿਹੜਾ ਇੱਥੇ ਬੋਲਦਾ ਏ ਸੱਚ ਮਿੱਤਰੋ ਉਹਦੇ ਵੈਰੀ ਬਣ ਜਾਂਦੇ ਲੱਖ ਮਿੱਤਰ ਕਿ ਜਿਹੜਾ ਇੱਥੇ ਬੋਲਦਾ ਏ ਸੱਚ ਮਿੱਤਰੋ ਉਹਦੇ ਵੈਰੀ ਬਣ ਜਾਂਦੇ ਲੱਖ ਮਿੱਤਰੋ ਜਿਹੜਾ ਝੂਠ ਦੀਆਂ ਪੰਡਾਂ ਇੱਥੇ ਬੰਨਦਾ ਤੇ ਬਹੁਤਾ ਚਿਰ ਉਹੀ ਟਿਕਦਾ ਕਿਆ ਬਾਤ ਹੈ ਜੀ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਈ ਤਾਂ ਸ਼ਰਿਆਮ ਵਿਕਦਾ ਆ ਲੀਡਰ ਬਕਾਉਂਦੇ ਨੇ ਆ ਚਿੱਟਾ ਤਾਈ ਤਾਂ ਸ਼ਰਿਆਮ ਵਿਕਦਾ ਇਹ ਗਾਣੇ ਦਾ ਰਾਈਟਰ ਵੀ ਮੇਰੇ ਨਾਲ ਸੂਰਜ ਝੰਡੇਰਾਂ ਵਾਲਾ ਇੱਕ ਜ਼ੋਰਦਾਰ ਇਹ ਮੈਨੂੰ ਲਿਖਣ ਲਈ ਦਿੰਦੇ ਆ ਮੈਂ ਗਾਉਂਦਾ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇਵੇ ਕਿ ਪੀਣ ਵਾਲਿਆਂ ਨੂੰ ਕਾਹਤੋਂ ਫੜੀ ਜਾਂਦੇ ਹੋ ਜਿਹੜੇ ਵੇਚਦੇ ਹੋ ਬਰੀ ਕਰੀ ਜਾਂਦੇ ਹੋ ਕਿਆ ਬਾਤ ਹੈ ਜੀ ਆ ਪੀਣ ਵਾਲਿਆਂ ਨੂੰ ਕਾਹਤੋਂ ਫੜੀ ਜਾਂਦੇ ਹੋ ਬਾਈ ਜਿਹੜੇ ਵੇਚਦੇ ਹੋ ਬਰੀ ਕਰੀ ਜਾਂਦੇ ਹੋ ਇਹਨੇ ਹੀਰੇ ਪੁੱਤ ਰੋਲ ਦਿੱਤੇ ਮਾਵਾਂ ਦੇ ਤੇ ਇਹਨਾਂ ਨੂੰ ਕਿਉਂ ਨਹੀਂ ਦਿਸਦਾ ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਈ ਤਾਂ ਯਾਰ ਗਾਂਜਾ ਭੁੱਕੀ ਪੋਸ਼ਤ ਅਫੀਮ ਮਿੱਤਰੋ ਬਾਈ ਸ਼ਰਿਆਮ ਵੇਖਦੀ ਕੁਕੀਨ ਮਿੱਤਰੋ ਇੰਨਾ ਪੈਸਾ ਇੰਨਾ ਇਕੱਠਾ ਪਹਿਲੋਂ ਕਰਿਆ ਤੇ ਫੇਰ ਵੀ ਕਿਉਂ ਨੀ ਟਿਕਦਾ ਹੱਥੀ ਡਰੇ ਵਕਾਉਂਦੇ ਨੇ ਆ ਚਿੱਟਾ ਤਾਂ ਇਦਾਂ ਸ਼ਰਿਆਮ ਵੇਖਦਾ ਮਾਰੋ ਤਾੜੀ ਪੰਜਾਬ ਦੇ ਨਾਂ ਦੀ ਪੰਜਾਬੀ ਜਿਉਂਦੀ ਰਹੇ ਪੰਜਾਬ ਜਿਉਂਦਾ ਰਹੇ ਬਸ ਇਹ ਤੋਂ ਵੱਡੀ ਕੋਈ ਦੁਆ ਨਹੀਂ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਪਹਿਲਾਂ ਹਾਂਜੀ ਤੁਹਾਡੀ ਵਾਰੀ ਆਉਂਦੇ ਤੁਹਾਡੀ ਵਾਰੀ ਆਊਗੀ ਮੈਂ ਸੁਣਾ ਕੇ ਜਾਂਦਾ ਉਹ ਤੋਂ ਪਹਿਲਾਂ ਗਾਣਾ ਇੱਕ ਸੀਗਾ ਬੁਖਾਰੀ ਸਾਹਿਬ ਬੈਠੇ ਆ ਲਾਹੌਰ ਤੋਂ ਸਾਡੇ ਬਜ਼ੁਰਗ ਪਾਕਿਸਤਾਨ ਤੋਂ ਆਏ ਸੀ ਨਾਰੋਵਾਲ ਡਿਸਟ੍ਰਿਕਟ ਤੋਂ ਅਸੀਂ ਤਾਂ ਕਦੀ ਪਾਕਿਸਤਾਨ ਮੰਨਿਆ ਹੀ ਨਹੀਂ ਅਸੀਂ ਤਾਂ ਇਹ ਕਹੀਦਾ ਕਿ ਇੱਕ ਸਾਡਾ ਘਰ ਉਹ ਸੀ ਇੱਕ ਇਹ ਆ ਸਾਡੇ ਬਜ਼ੁਰਗ ਦੱਸਦੇ ਸੀ ਉਹਨਾਂ ਤੋਂ ਗੱਲਾਂ ਸੁਣੀਆਂ ਚਰਨ ਨੇ ਲਿਖੀਆਂ ਕੀ ਸੀ
के अज वेख नानकान के तू अंबर सर दे पाग मेला शान थले दब गया तेरा सोना देश पंजाब क्या बात छापे रहे ते चुले रह गया साग हो जंग लखारी मुक गए अज तिया दे सुहाग छिड़िया कौमा दे विच जंगा ओए लाली किवें वखाई रंगा टुटिया लावा वेले वंगा दादी मिंदर कौर दिया मैनू फेर दोबारा बापू गल्लां दस लाहौर दियां गल्लां दस लाहौर दियां गल्लां दस लाहौर दियां गल्लां दस लाहौर दियां के मल्ले बुर्ज मनारे गावा ओथे रह गईयां मजां गावा किदा मुल्क लुटाए शावा अमृतसर नू केड़ियां रावा बच्चे हिक ना लाले मावा जान बचा के दौड़ दियां मैनू फेर दोबारा बापू ए गल्लां दस लाहौर दियां दस लाहौर टंगिया सूत कत के किली ओए रह गई तार ते चादर गिली आपे बेरो वेड़ियो हिली ओए बापू सिर ते कणक दी चिली आ गड्डी लंघ ना जावे दिल्ली सोचा बुरियां औड़ दियां क्या बात है मैनू फेर दोबारा बापू आ गल्लां दस लाहौर दस लहरा रोटी कर कतर के खादी तामी लगती नहीं सुवादी माड़ी हालत हो गई साड़ी ओए पैगी हक खोण दी वादी महंगी पैगी चरनिया जाती कंधा कहण पिछौर दिया मैनू फेर दोबारा बापू आ गल्लां दस लाहौर हंसा दीवारी आंदे क्या बात है के गौण वाले दी हिक विच जोर है नी ते फोके साज वजाउन दा की फैदा क्या बात है रोटी मक्की दी जे नहीं आउंदी बनाउनी फिर साग बनाउन दा की फैदा आज जड़े माल ने खाड़े वेच नेत टेणा उनू क्यों खवाउन दा की फायदा आज जड़ा पैग लागे शेर नू कहे बिल्ली ओए उनू होर पे आउन दा की ते जड़े बोलना सीने च शेक कर दे ऐसे बोला नू गाउन दा की फायदा गाउन वाले दी हिक च जोर है नी ढोलकियां छैने वजाउन मेहनत ना पूरी पैनी नी तेरे लिए रोजी रहनी नी ये कंध गरीबी टहनी नी जिन्ना भी मर मर टुटी जा ये दुनिया होगी लुटण दे चल तू भी सजना लुटी जा ए झूठे कई इतिहास लिखे बस कोलों ही बकवास लिखे बेच तू भी कैदी खास लिखे ओ गलियां बेच मर के सुटी जा ए दुनिया होगी लुटण दे चल तू भी मित्रा क्या बात है जी वाजवा जे तू भी होना लखी ओए जग वेख हेठली अखी ओए पर हाथ जेब बेच रखी बस गल्लां नाल नहरां पुटी ए दुनिया होगी लुटण दे चल तू भी मित्रा लुटी जा ये गाना अच्छा दुनिया दे मेहनत करते रहो मंजिल कदे नहीं मिलती बस रस्ते बदलते रहते रस्ता लंबा होता जाता और गाना सी तुसी पग्गां वाले मुंडे आए मेरा गाना आ रहा नवा गाना आ रहा ओ मैनू आउंदे नी छलावे गल सिद्धी दिलों आवे ओ मैनू आउंदे
छलावे गल सिद्धी दिलवावे हां मैं पूरा दिलदार हां ना मैं शौक दे ली बन्ना ना बखावे वाली पग नहीं मैं हैगा ही सरदार क्या बात है हां मैं किसी भी कुड़ी नु चीजी पुरजा नहीं कहता हां मैं किसे भी कुड़ी नु जीजी पुरजा नहीं कहिंदा ओ गल अणखां ते आवे ते थियार चक लैंदा जे ना सांभी सरदारी कदी रह गई जिम्मेवारी ओए मैं चीते ना सवारिया ओ ना मैं शौक दे ली बन्ना ना बखावे वाली पग नहीं मैं हैगा ही सरदार वाली पग नहीं मैं हैगा ही सरदार वाली पग एक गाना होर बड़ा रोलिया पंजाब ने ओ बड़ा सहलिया जुलम हुन सहनी होना हुन दसना पैना है कंधा कसना पैना है कम करना तैयार नू ओ वार्निंग सरकार नू ए हाथ पाउंदे दस्तार नू ओ ना छेड़ो सरदार नू ए हाथ पाउंदे दस्तार नू वार्निंग सरकार नू ओए ना छेड़ो सरदार नू अज लेखा नाल वैर किते लग दे ना पैर एथे वड्डे वड्डे चढ़े ने ते छोटे छोटे चढ़े ने ओए जेड़े यार नाल खड़े ने उस नहीं बड़े रब फते करवाऊ सानू जानी ना बेबी दे साडी वारी आउण दे पर ਜ਼ਮੀਰਾਂ ਪੈ ਜੇ ਢਿੱਡ ਪਾਲਣਾ ਹੋਏ ਬੰਦਾ ਸੜਦਾ ਉਹ
बंदा सड़दा है बोटी बोटी बिना बालना ओ बंदा सड़दा है होर कीतियां भी जिने ओ दुनिया दे बादशाहियां ओ जिनू रोक रोक पूछे हुण राख दे राईयां जदों छड़ जांदे लोग बोलना ते चलना ओ बंदा सड़दा है ओ बंदा सड़दा है बोटी बोटी बिना बालना ओ बंदा सड़दा है ससी ससी दा जिक्र ससी बाबा हाशम शाह जी ने अपनी कलम च कीता है एक ससी बारे किस्सा मैं सुनिया जिन्ना क सुनिया मैनू बहुत ही तां मैं पहलों भी दस चुका कि मैं एडा सियाणा है नहीं कि साहित बहुत वड्डी चीज़ है साहित बहुत डूंगी चीज़ है बह जाओ भाई कुछ नहीं होया किसी ने गड्डी लाई है कोई चक्कर नहीं पर अंदरों पिछे तो ए देखते जिंदा पानीपत की लड़ाई शुरू हो गई अगे वेखो कलाकार अगे लगा पिछे वाले की देना बेहथी बाबुला ससी बादशाह पंभोर ने जदों तुसी सारी कहानी जानते हो किस्सा जानते हो कि बादशाह पंभोर ने जदों ससी नूं संदूक च पा के रोड़िया एक धोबी ने उहदा पालन पोषण किया वो गाना ससी कहिंदी है कि हथी बाबुला नदी दे विच रोड़ के है वे हुण क्यों मेरा साक मंगने वे तू बादशाह सी शहर पंभोर दा तीनू पाके डोले दे विच तोरदा वे तेरी वसे पंभोर दी शाही आ मेरी जान दुखां विच पाई मैं ता रोनिया मथे ते हथ जोड़ के हे वे हुण क्यों मेरा साक मंगने वे हथी बाबुला वे हथी बाबुला तो मेहरबानी लाइटां बहुत ज्यादा हार्ड बई पिछे वाले जमा ही नहीं देखते पिछे वाले एक ताड़ी मार के दस हाँ हूँ ठीक सारे बैठे हुए बाबे बैठे हुए बुजुर्ग मेरा गाना एक आ रहा है कि मैं जदों भी तुसी बाहर जाने हो जदों भी कितने तुसी दूर होवो तो हमेशा जदों थोड़ी माँ का फोन आता है तो एको गल पुछूगी थोनू तो पुत तू रोटी खा ली है कभी थोनू दूसरी गल नहीं पुछूगी पहलो ओदे ते गाना सी के मेरी मां नू हमेशा खुश रखे करतार आउन लगे नू रुपया चोरी दिता सी हजार ओ किस हाल च विदेशां विच वसदा ओनू ओदे जज्बात मेरे बारे पुछदे है रोटी खाधी आ के नहीं कली मां पुछदी ओ किन्ने डालर कमाउना बाकी सारे पुछ दे क्या बात है जीवंत रहो के रोटी खाधी है के नहीं कली मां पुछ दे ओ किन्ने डालर कमाउना बाकी सारे पुछ दे हल्ला शेरी देन ली वखाउंदी झूठा हस के है पता मैनू रोंदी हो जरूर फोन कट के के बेच परदेसा पुत सुता के नी सुता राती जाग दी नू अंबरां दे तारे पुछ दे क्या बात है रोटी खाधी आ के नहीं कली मां पुछ दी किन्ने डालर कमाउना बाकी सारे पुछ दे ओ पुछ दे ने सारे की साडे लई ले आवेगा पर कली मां पुछे घर कदों आवेगा क्या बात है कदों तक मट करी जावेगा गुलामी हंजू अखां विचों डिग दे बेचारे पुछ दे तू रोटी खाधी अगे नहीं कली मां पुछ दी ओए किन्ने डालर कमाउना बाकी सारे पुछ दे ला दो मां दे नां दी ताड़ी हां जी ਪਤੰਦਰਾ ਇੱਥੇ ਬੈਠਾ ਠਾਠਾ ਕਰੀ ਜਾਂਦਾ ਹੈਗਾ ਟਾਈਮ ਹੈ
करदा बहुत सत्कार करदा साडे वड्डे भैन जी उम्र च मेरे तो कितने वड्डे आ रुतबे च वड्डे जसविंदर कमल जी मैं ना बहुत सुने मैं अगे कहना कि ना बहुत सुने अजे मैं पढ़ना भी स्टार्ट नहीं किया कई बार कलाकार स्टेज पर आके शुरू कर देंगे बहुत पढ़ते हैं अजे तो पहली पढ़ाई सपलियां क्लीयर की हूँ पढ़ना शुरू करा बाबा जिस गाने तो मेरा नाम बाबा पिया जिस गाने ने मेरा नाम बाबा मैं यूनिवर्सिटी मिट्टी का बाबा गाँवता से तो मेरा नाम बाबा पै गया ना दे नाल ही जुड़ गया मैंने बहुत सारे पूछते हैं कि तू बाबा जी का काका गुरमीत बाबा जी का बेटा मैं क्या जी मैं उन्होंने पुत्र मैं माझे का मैं अमृतसर का मैं उन्होंने वो गाना उस तो पहला कुछ चंद लैन ऐ परदा भाई भाई विसल कर दा विसल बंद कर दे मेरा भाई बन के इन्हों मना किसी तरीके ऐ पर रात दा जगना बड़ा औखा ते विरला विरला कोई जागदा यार रात जां कोई जागदा दीवे आउण वाला ते जां फिर जागदा ऐ दुखिया बीमार राती जां कोई जागदा चोरियां करन वाला ते जां फिर जागदा ऐ पहरेदार राती मोहम्मद बूटिया ये दुनिया सारी सौ एक जागदा वे परवरदिगार राती वे बोल मिट्टी दे आ वे आ जा जेड़िया सूरतां चढ़न चुबारियां ते एक दिन चिखा ते चढ़दियां देख जिन्ना जुल्फां नूं अतर दे ते वांग कास दे सड़दियां देख छज्जू रामा जो सूरतां लद जहान गईयां मुड़ के पिंड ना वड़दियां वेखियां मिट्टी दा बावा क्यों नी मेरी एल्बम दा नाम मिट्टी दा बावा दस के दिन तक थोड़े सारे दे हाथां च होगी के मिट्टी दा बावा क्यों नी हर बंदा मिट्टी दा बावा बंदा जिउंदे जी बंदे नू मैं मार जांदी मेरे वर्गे नू पर जदों दुनिया तो जांदा उदो परमात्मा कहता कि अज बोल अज कर गल बाविया मिट्टी दा बावा क्यों नहीं बोलदा होए क्यों नहीं चालदा होए क्यों नहीं भरदा हुंगारा वे नारो मिट्टी दिया वे बाविया वे तेरा प्यो बन जा रा तू आ जाई हो ए तन मेरा चश्मा होवे क्या बात है ते मैं मुर्शिद वेख ना रजा मेरे लूलू दे मुड लख लख चश्मा एक खोला एक कजा क्या एक ना डिठिया मैनू सबर ना वे ते मैं हो वल भजा हूं मुर्शिद दा दीदार है बाहू लख करोड़ा हजा क्या बात है आ गया
बोल मिट्टी दे आवे बोल मिट्टी दे आवे वे बोल मिट्टी दे बावे आवे तेरे दुखा ने मार मुका ले आवे मेरा सोना मार तू आ जा ओ बाबा बनाया मिट्टी दा बाबा बनाया उत्ते जा देनिया मैं खेसी नी वतना वाले हाय मान कर नी बस दी दुनिया हाय मान कर मैं मान करा परदेसी मैनू गल नाल ला जा तू आ जा ओ वगदा कल्या दा मेरा जी नहीं वे बूहे अके पानी वगदा हो मेरा कली दा जी नहीं लगदा हो किधरे शक्ल में आ जा बूहे अके लावा मैं बेरिया मैं बेरिया वे गल्ला घर घर हूं तेरी ते मेरिया वे किधरे शक्ल दिखा जा आ जा बेनती गुजारे लम्मा पैंडा राही मर के नी पिया छन्ना पानी दा इक दे दे नी मुटियारे उड़दे उड़दे पौर आगे नी परदेसी आ तेरे जो बना दे लैन लई नजारे भला ना करे में चुनी साड़ पहेगी नी गुड़िए तेरे कुंड विच बनदे दिसदे तो पल विच मेरे बेडोल पल विच मेरे बेडोल मैनू माफ़ करी मंदा माफ़ करी मंदा वे बोलना मैनू गल ना लेना मैनू गल ना लेना मिट्टी दा बावा क्यों
नहीं बोलदा वे क्यों नहीं याददा वे क्यों नहीं भरदा होगा वो नारो मिट्टी दिया जद मैयत नदरी आमदी तद छेती करनी पा साबण पानी लैके यारो देंदे खूब नुवा झाड़े हथी ते पाव दे ते कलमा पई बलहा घरों परेरे कबरों नेड़े
ताले ताले जांदे विरसे नू कौन संभाले ताले ताले जांदे विरसे नू कौन संभाले सुथना च पाइया रबड़ा कितों लबांगे रेशमी नाले कितों लबांगे रेशमी नाले ताले ताले जांदे विरसे नू कौन संभाले सानी सानी क्या बात है जिंद पानी दा बुलबुला जानी सानी सानी जिंद पानी दा बुलबुला जानी बुढ़िया नू वेख पुछ के लाइया ऐनकां ते लभदे जवानी लाइया ऐनकां ते लभदे जवानी जिंद पानी दा बुलबुला पानी मेरी जुगनी दे धागे सावे जुगनी यार दे दर्द जुगनी यार दे दर्द दे जावे अपने हाथी गल नभावे ओ वीर मेरे आवे जुगनी मेरे आवे जुगनी कहीं दी आज ही नाम साईं दा नाम साईं दा नहीं दी आज ही नाम अल्लाह दा जड़ी नाम साईं दा नहीं दिया हो दुश्मन मरे ता खुशी ना करिए सजना भी मर जान दुश्मन मरे ता खुशी ना करिए सजना भी मर जान सिखरा ते दिन गया मोहम्मद आख नूं डुब जान सिखरा ते दिन गया मोहम्मद आख नूं डुब जान औड़कनू ता शाह मोहम्मद सब ने गाग जवाना ओ मेरे जुगनी दे धागे पगे जुगनी ओ दे मूंह जुगनी ओ दे मूंह सी फब्बे जिदों सट इश्क दी बजे ओ वीर मेरे आवे जुगनी जुगनी पित्तल दी मैं वेखी शहरो मैं वेखी शहरो निकल 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 दी मां मिर्जे दी बोल दी कहंदी बक्की दे कोल आण मैनू दस किथे है बक्की ए मैनू दस किथे है बक्की ए मेरा मिर्जा शेर जवान यारो मां मिर्जे दी बोलदी कहंदी बक्की दे कोल आण मैनू दस किथे है बक्की ए मैनू दस किथे है बक्की ए मेरा मिर्जा शेर जवान नी मैनू सुपने आउंदे चंदले मैनू सुपने आउंदे चंदले किते मत सच्चे हो जान यारो बक्की ए क्यों बोलदी हुजरे शाह मुकीम दे एक जटी अर्ज करे कहंदी बकरा देनिया पीर दा और जेकर सरदा कौत मरे कहंदी पंज सत मरन गवांडना कहंदी पंज सत मरन गवांडना रेंदियां नू ताप चढ़े ओ कहंदी कुत्ती मरे फकीर दी जेड़ी टाउ 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 बेच मिर्जा यार फिरे बेच मिर्जा यार फिरे बेच मिर्जा यार फिरे हो
तो लास्ट किसे मानती ने जमया एक दुला शेर जवान ओने अकबर दा मुंह मोड़ता ओने अकबर दा मुंह मोड़ता जिदे ना तो कंबे जहानी ओने ताहे दिल्ली दे किंगरे ओने ताहे दिल्ली दे किंगरे रख तली दे उते जान यारो अणखली जो दे जूझ दे अणखली जो दे जूझ दे ताइयों जग जूची शान ताइयों जग विच उची शान ताइयों जग विच उची शान ताइयों जग विच उची शान ਭੱਜ ਜਾਵਣਾ ਕੰਗਣਾ ਕੱਚ ਦਿਆ ਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉਂਦਿਆਂ ਸੁਣਾਉਂਦਿਆਂ ਵਜਾਉਂਦਿਆਂ ਬੋਲਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਹਲੋ ਬੱਚਾ ਸਮਝ ਕੇ ਮਾਫ਼ ਕਰਿਓ ਫਿਰ ਜਲਦੀ ਮਿਲਾਂ ਚੜ੍ਹਦੀ ਗਲਤ ਨਾਨਕ ਨਾਲ ਚੜ੍ਹਦੀ ਗਲਤ ਤੇਰੇ ਪਾਣੇ ਸਰਬੱਤ ਥੈਂਕ ਯੂ ਜੀ ਮੈਂ ਗੁਜ਼ਾਰਿਸ਼ ਕਰਾਂਗੀ ਜੀ ਹੁਣ ਜੋਗਾ ਸਿੰਘ ਜੀ ਤੇ ਚਰਨ ਸਿੰਘ ਜੀ ਲਿਖਾਰੀ ਦਾ ਸਨਮਾਨ ਹੋਏਗਾ ਸੋ ਪਲੀਜ਼ ਪ੍ਰਬੰਧਕੀ ਮੈਂਬਰਾਂ ਨੂੰ ਮੈਂ ਕਹਾਂਗੀ ਕਿ ਉਹ ਸਟੇਜ 'ਤੇ ਆ ਜਾਣ ਅਤੇ ਇਹਦੇ ਨਾਲ ਦੀ ਨਾਲ ਸਾਡੇ ਸਿਰਮੌਰ ਕੇਵਲ ਧਾਲੀਵਾਲ ਜੀ ਅਤੇ ਮੈਡਮ ਮਦੀਹਾ ਗੋਰ ਜੀ ਜੋ ਸਪੈਸ਼ਲ ਪਾਕਿਸਤਾਨ ਤੋਂ ਆਏ ਹੋਏ ਨੇ ਸੋ ਉਹਨਾਂ ਦਾ ਸਨਮਾਨ ਵੀ ਨਾਲ ਦੀ ਨਾਲ ਸੋ ਬਾਵਾ ਜੀ ਤੋਂ ਉੱਚੇ ਉਹਨਾਂ ਦੇ ਕੰਮ ਹੋ ਜਾਣ ਤੇ ਸਾਰੀ ਦੁਨੀਆ ਦੇ ਵਿੱਚ ਫੈਲ ਜਾਣ ਕਹਿੰਦੇ ਵਿੱਚ ਹਨੇਰੇ ਤੇਰਾ ਦੀਵਾ ਸਿਖਰ ਦੁਪਹਿਰਾਂ ਵਰਗਾ ਸੀ ਮਜਲੂਮਾਂ ਲਈ ਮੰਗੀਆਂ ਤੇਰੇ ਨਾਂ ਦੀਆਂ ਖੈਰਾਂ ਵਰਗਾ ਸੀ ਸੋ ਰੱਬ ਕਰੇ ਜਿਉਂਦੇ ਰਹਿਣਾ ਇਹੋ ਜਿਹੇ ਹੱਥ ਜਿਉਂਦੇ ਰਹਿਣਾ ਇਹੋ ਜਿਹੇ ਬਹੁਤ ਸੋਹਣਾ ਕਮਾਲ ਸਪੈਸ਼ਲ ਸਨਮਾਨ ਸਾਡੇ ਪਾਕਿਸਤਾਨ ਤੋਂ ਆਏ ਹੋਏ ਕਲਾਕਾਰਾਂ ਦੇ ਕੋਲੋਂ ਮੈਡਮ ਮਦੀਹਾ ਗੌਰ ਜੀ ਸੋ ਸਾਡੇ ਡਾਕਟਰ ਸਾਹਿਬ ਵੱਲੋਂ ਸਨਮਾਨ ਕੇਵਲ ਧਾਲੀਵਾਲ ਭਾਜੀ ਹੋਰਾਂ ਵੱਲੋਂ ਸਨਮਾਨ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਜੀ ਆਇਆਂ ਨੂੰ ਹਾਸ਼ਮ ਸ਼ਾਹ ਦੀ ਇਸ ਵਿਰਾਸਤੀ ਧਰਤੀ ਦੇ ਉੱਤੇ ਹੁਣ ਮੇਰੇ ਸਾਰੇ ਦੋਸਤਾਂ ਨੂੰ ਬੇਨਤੀ ਆ ਕਿ ਹੁਣ ਤੁਸੀਂ ਥੱਲੇ ਚੱਲ ਜਾਓ ਹੈਲੋ ਹਾਸ਼ਮ ਵੀ ਜੰਮਦੇ ਜਾਣ ਤੇ ਬਾਵੇ ਵੀ ਜੰਮਦੇ ਜਾਣ ਏਦਾਂ ਦੇ ਗਾਇਕ ਹੁੰਦੇ ਆ ਤੁਹਾਨੂੰ ਪਿਛਲੀ ਵਾਰ ਕਿਹਾ ਸੀਗਾ ਕਿ ਅਗਲੀ ਵਾਰ ਵੇਖਿਓ ਤੁਸੀਂ ਮੇਲੇ ਦੇ ਉੱਤੇ ਪਿਛਲੀ ਵਾਰ ਤੇ ਟ੍ਰੇਲਰ ਸੀਗਾ ਤੇ ਐਤਕਾ ਫਿਲਮ ਸ਼ੁਰੂ ਹੋਈ ਆ ਸੋ ਏਦਾਂ ਦੇ ਪਾਵੇ ਸਾਡਾ ਹੀਰਾ ਬੱਚਾ ਛੋਟਾ ਬੱਚਾ ਖਾਲਸਾ ਕਾਲਜ ਦੇ ਵਿੱਚ ਪੜ੍ਹਦਾ ਸੀਗਾ ਜਿੱਦਾਂ ਦਾ ਇਹਨੇ ਗਾਇਆ ਰਿਕਾਰਡ ਤੋੜਤਾ ਸੋ ਇਹਦੀ ਬਹੁਤ ਮਿਹਰਬਾਨੀ ਬੜਾ ਕੀਮਤੀ ਟਾਈਮ ਕੱਢ ਕੇ ਆਇਆ ਸੋ ਹੁਣ ਛੇਤੀ ਆਪਾਂ ਅਵਨੀਤ ਖਾਨ ਨੂੰ ਸੁਣਨਾ ਨਾਟਕ ਵੀ ਹੋਣਾ ਬਾਬਾ ਜੀ ਤੁਹਾਡਾ ਇੱਕ ਵਾਰ ਫਿਰ ਧੰਨਵਾਦ